ਖਨੌਰੀ ਬਾਰਡਰ ਤੇ ਪੰਜਾਬ ਦਾ ਕਿਸਾਨ ਅਤੇ ਹਰਿਆਣਾ ਪੁਲਿਸ ਇਸ ਵੇਲੇ ਆਹਮੋ ਸਾਹਮਣੇ। ਹਾਲਾਂਕਿ ਕੁਝ ਦੇਰ ਪਹਿਲਾਂ ਕਿਸਾਨ ਜਦੋਂ ਦਿੱਲੀ ਕੂਚ ਕਰਨ ਦੇ ਲਈ ਹਰਿਆਣਾ ਬਾਰਡਰ ਵਾਲੇ ਪਾਸੇ ਪਹੁੰਚੇ ਤਾਂ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਈ ਕਿਸਾਨ ਉਸ ਦੇ ਵਿੱਚ ਗੰਭੀਰ ਜ਼ਖਮੀ ਵੀ ਹੋਏ, ਪਰ ਹੁਣ ਇੱਕ ਵੱਖਰੀ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਤਾਂ ਕਿਸਾਨਾਂ ਨੇ ਪੁਲਿਸ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਲਈ ਇੱਕ ਨਵੀਂ ਤਕਨੀਕ ਜਿਹੜੀ ਹੈ ਉਸ ਦਾ ਸਹਾਰਾ ਲਿਆ। ਇਸ ਵੇਲੇ ਤੁਸੀਂ ਦੇਖੋ ਕਿ ਖੇਤਾਂ ਦੇ ਵਿੱਚ ਹਰ ਪਾਸੇ ਕਿਸਾਨ ਨਜ਼ਰ ਆ ਰਹੇ ਨੇ ਔਰ ਕੁਝ ਕਿਸਾਨ ਤੁਸੀਂ ਦੇਖੋ ਕਿ ਉਹਨਾਂ ਦੇ ਸਿਰ ਦੇ ਉੱਤੇ ਪਰਾਲੀ ਦੀਆਂ ਜਿਹੜੀਆਂ ਗੱਠਾਂ ਨੇ ਉਹ ਇਸ ਖੇਤ ਦੇ ਵਿੱਚ ਲਿਆ ਕੇ ਉਹਨਾਂ ਨੂੰ ਅੱਗ ਲਗਾਈ ਜਾ ਰਹੀ, ਕਿਉਂਕਿ ਜਿਹੜਾ ਹਵਾ ਦਾ ਰੁੱਖ ਹੈ ਉਹ ਇਸ ਵੇਲੇ ਹਰਿਆਣਾ ਵਾਲੇ ਪਾਸੇ ਹੈ, ਯਾਨੀ ਕਿ ਜਿੱਥੇ ਹਰਿਆਣਾ ਪੁਲਿਸ ਇਸ ਵੇਲੇ ਬਾਰਡਰ ਦੇ ਉੱਤੇ ਤੈਨਾਤ ਹੈ ਤਾਂ ਉਸ ਪਾਸੇ ਹਵਾ ਦਾ ਰੁੱਖ ਹੋਣ ਕਰਕੇ ਹੁਣ ਕਿਸਾਨ ਜੋ ਨੇ ਉਹ ਪੁਲਿਸ ਦੇ ਜਿਹੜੇ ਟੀਅਰ ਗੈਸ ਦੇ ਗੋਲੇ ਨੇ ਉਹਨਾਂ ਦਾ ਜਵਾਬ ਇਹਨਾਂ ਪਰਾਲੀ ਦੀਆਂ ਜਿਹੜੀਆਂ ਗੱਠਾਂ ਨੇ ਉਹਨਾਂ ਨੂੰ ਅੱਗ ਲਗਾ ਕੇ ਦੇ ਰਹੇ ਨੇ। ਇਸ ਵੇਲੇ ਤੁਸੀਂ ਦੇਖੋ ਕਿ ਕੁਝ ਹੀ ਦੂਰੀ ਤੇ ਜਿੱਥੇ ਕਿਸਾਨ ਨਜ਼ਰ ਆ ਰਹੇ ਨੇ ਉਸ ਤੋਂ ਅੱਗੇ ਸਿਰਫ ਤੇ ਸਿਰਫ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ, ਉਸ ਤੋਂ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਪੁਲਿਸ, ਕਿਉਂਕਿ ਜਦੋਂ ਕਿਸਾਨ ਬਾਰਡਰ ਵਾਲੇ ਪਾਸੇ ਵਧੇ ਤਾਂ ਪੁਲਿਸ ਨੇ ਉਹਨਾਂ ਵਾਲੇ ਪਾਸੇ ਟੀਅਰ ਗੈਸ ਦੇ ਜਿਹੜੇ ਸ਼ੈਲ ਨੇ ਉਹ ਦਾਗੇ ਔਰ ਕਿਸਾਨਾਂ ਦਾ ਉਸ ਵੇਲੇ ਉੱਥੇ ਸਾਹ ਲੈਣਾ ਵੀ ਔਖਾ ਹੋ ਚੁੱਕਾ ਸੀ। ਤਾਂ ਹੁਣ ਤੁਸੀਂ ਦੇਖੋ ਕਿ ਇਹ ਖਨੌਰੀ ਬਾਰਡਰ ਤੇ ਪੰਜਾਬ ਵਾਲੇ ਪਾਸੇ ਦੀ ਤਸਵੀਰ ਹੈ ਜਿੱਥੇ ਜਿਹੜਾ ਹਾਈਵੇ ਹੈ, ਹਾਈਵੇ ਦੇ ਉੱਤੇ ਕਿਸਾਨ ਔਰ ਉਹਨਾਂ ਦੇ ਟਰੈਕਟਰ ਟਰਾਲੀਆਂ ਨਜ਼ਰ ਆ ਰਹੇ ਨੇ ਤਾਂ ਇਹ ਪੂਰੇ ਖੇਤ ਤੁਸੀਂ ਦੇਖੋ ਕਿ ਇਸ ਵੇਲੇ ਕਿਸਾਨਾਂ ਦੇ ਨਾਲ, ਨੌਜਵਾਨਾਂ ਦੇ ਨਾਲ ਭਰੇ ਹੋਏ ਨਜ਼ਰ ਆ ਰਹੇ ਨੇ। ਤਾਂ ਇੱਕ ਨਵਾਂ ਜਿਹੜਾ ਤਰੀਕਾ ਹੈ ਉਹ ਇਖਤਿਆਰ ਕੀਤਾ ਕਿਸਾਨਾਂ ਨੇ ਕਿ ਪੁਲਿਸ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਟੀਅਰ ਗੈਸ ਦੇ ਜਿਹੜੇ ਗੋਲੇ ਆ ਉਹ ਦਾਗਦੀ ਹੋਈ ਨਜ਼ਰ ਆ ਰਹੀ ਸੀ, ਤਾਂ ਹੁਣ ਕਿਸਾਨਾਂ ਵੱਲੋਂ ਵੀ ਪੁਲਿਸ ਨੂੰ ਉਸੇ ਤਰੀਕੇ ਦੇ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਾਲਾਂਕਿ ਰੁੱਕ ਰੁੱਕ ਕੇ ਹਰਿਆਣਾ ਪੁਲਿਸ ਔਰ ਜਿਹੜੀ ਪੈਰਾਮਿਲਟਰੀ ਫੋਰਸ ਬਾਰਡਰ ਦੇ ਉੱਤੇ ਤੈਨਾਤ ਹੈ ਉਸ ਵੱਲੋਂ ਰੁੱਕ ਰੁੱਕ ਕੇ ਟੀਅਰ ਗੈਸ ਦੇ ਜਿਹੜੇ ਸ਼ੈਲ ਨੇ ਉਹ ਦਾਗੇ ਜਾ ਰਹੇ ਨੇ। ਤਾਂ ਮੇਰੇ ਨਾਲ ਚਰਨਜੀਵ ਕੌਸ਼ਲ ਵੀ ਨੇ ਜਿਹੜੇ ਸਥਾਨਕ ਇੱਥੋਂ ਪੱਤਰਕਾਰ ਨੇ, ਉਹਨਾਂ ਤੋਂ ਮੈਂ ਜਾਣਦਾ ਇਹ ਜਿਹੜੀ ਤਕਨੀਕ ਹੈ ਇਸ ਦੇ ਰਾਹੀਂ ਕਿਸਾਨ ਹੁਣ ਹਰਿਆਣਾ ਪੁਲਿਸ ਨੂੰ ਕੀ ਦੱਸਣ ਦੀ ਜਾਂ ਕੀ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਹਾਨੂੰ ਇਸ ਵੇਲੇ ਇਸ ਸਥਿਤੀ ਨੂੰ ਦੇਖ ਕੇ ਕੀ ਲੱਗ ਰਿਹਾ? ਤਾਂ ਬਿਲਕੁਲ ਰਾਜੀਵ, ਲਗਾਤਾਰ ਅਗਰ ਆਪਾਂ ਗੱਲ ਕਰੀਏ ਤਾਂ ਕਿਸਾਨ ਵੀ ਆਪਣੀ ਇੱਕ ਨਵੀਂ ਜਿਹੜੀ ਤਕਨੀਕ ਆ ਕੁਦਰਤ ਦਾ ਸਹਾਰਾ ਲੈ ਕੇ ਹਰਿਆਣਾ ਪੁਲਿਸ ਨੂੰ ਜਵਾਬ ਦੇ ਰਹੇ ਨੇ। ਹਵਾ ਜਿਹੜੀ ਹੈਗੀ ਆ ਹਰਿਆਣੇ ਵੱਲ ਦੀ ਜਿਹੜੀ ਹੈਗੀ ਆ ਵਗ ਰਹੀ ਆ, ਤਾਂ ਕਿਤੇ ਨਾ ਕਿਤੇ ਕੁਦਰਤ ਦਾ ਸਹਾਰਾ ਲੈ ਕੇ ਕਿਸਾਨ। ਮੈਂ ਵੀ ਦੱਸਣਾ ਚਾਹੁੰਦਾ ਕਿ ਆਵਾਜ਼ ਤੁਸੀਂ ਸੁਣ ਸਕਦੇ ਹੋਵੋਗੇ ਕਿ ਇਸ ਵੇਲੇ ਵੀ ਟੀਅਰ ਗੈਸ ਦੇ ਜਿਹੜੇ ਸ਼ੈਲ ਨੇ ਉਹਨਾਂ ਨੂੰ ਦਾਗੇ ਜਾਣ ਦੀ ਆਵਾਜ਼ ਆ ਰਹੀ ਔਰ ਜਿਹੜੇ ਨੌਜਵਾਨ ਕਿਸਾਨ ਨੇ ਉਹ ਸਿੱਧੇ ਤੌਰ ਤੇ ਹਰਿਆਣਾ ਪੁਲਿਸ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਕੁਝ ਦੇਰ ਪਹਿਲਾਂ ਵੀ ਜਦੋਂ ਕਿਸਾਨ ਆਗੂ ਇਹ ਗੱਲ ਕਹਿ ਰਹੇ ਸੀ ਕਿ ਹਾਲੇ ਅੱਗੇ ਵਧਣ ਦੇ ਲਈ ਇੰਤਜ਼ਾਰ ਕਰਨਾ ਹੋਏਗਾ, ਪਰ ਨੌਜਵਾਨਾਂ ਨੇ ਪਹਿਲ ਕਦਮੀ ਕੀਤੀ ਸੀ ਤਾਂ ਇੱਕ ਵਾਰ ਫਿਰ ਤੋਂ ਹੁਣ ਜਿੱਥੇ ਇੱਕ ਪਾਸੇ ਜੋ ਧੂੰਏ ਦੇ ਗੁਬਾਰ ਹਰਿਆਣਾ ਪੁਲਿਸ ਵਾਲੇ ਪਾਸੇ ਭੇਜੇ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਕਿਸਾਨ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਦਾ ਜਿਹੜਾ ਬਾਰਡਰ ਹੈ ਉਸ ਪਾਸੇ ਨੂੰ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਬਿਲਕੁਲ ਪੰਜਾਬ ਹਰਿਆਣਾ ਦੀ ਜਿਹੜੀ ਸਰਹੱਦ ਹੈ ਖਨੌਰੀ ਬਾਰਡਰ ਉਸ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਅਸੀਂ ਮੌਜੂਦ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਔਰ ਕਿਸਾਨ ਪਰਿਵਾਰਾਂ ਦੇ ਨਾਲ ਸੰਬੰਧਿਤ ਜਿਹੜੇ ਨੌਜਵਾਨ ਨੇ ਉਹ ਇਸ ਵੇਲੇ ਇਹਨਾਂ ਖੇਤਾਂ ਦੇ ਵਿੱਚ ਡਟੇ ਨਜ਼ਰ ਆ ਰਹੇ ਨੇ। ਤਾਂ ਹੁਣ ਕੀ ਰਣਨੀਤੀ ਇਹਨਾਂ ਨੌਜਵਾਨਾਂ ਦੀ ਜਾਂ ਕਿਸਾਨਾਂ ਦੀ ਲੱਗ ਰਹੀ ਹੈ? ਤਾਂ ਬਿਲਕੁਲ ਰਾਜੀਵ, ਅਗਰ ਆਪਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਉੱਧਰ
ਪਰਾਲੀ ਦਾ ਜਿਹੜਾ ਇੱਕ ਵੱਡਾ ਸਟਾਕ ਹੈਗਾ, ਪਰਾਲੀ ਜਦੋਂ ਕੱਟਣ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਸਟਾਕ ਕੀਤੀ ਗਈ ਸੀ, ਤਾਂ ਕਿਸਾਨਾਂ ਨੇ ਉਸ ਪਰਾਲੀ ਦਾ ਸਹਾਰਾ ਲੈ ਕੇ ਕਿਤੇ ਨਾ ਕਿਤੇ ਹਰਿਆਣਾ ਪੁਲਿਸ ਨੂੰ ਜਿਹੜਾ ਹੈਗਾ ਮੂੰਹ ਤੋੜਵਾਂ ਜਵਾਬ ਦੇਣ ਦੀ ਜਿਹੜੀ ਆ ਲਗਾਤਾਰ ਕੋਸ਼ਿਸ਼ ਜਾਰੀ ਹੈ। ਮੈਂ ਕੌਸ਼ਲ ਇੱਥੇ ਰੋਕਣ ਦੀ ਕੋਸ਼ਿਸ਼ ਕਰਦਾ, ਇਹ ਉਹੀ ਪਰਾਲੀ ਹੈ ਜਿਹੜੀ ਕਦੇ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਤਾਂ ਉਸ ਵੇਲੇ ਇਹ ਪਰਾਲੀ ਕਿਸਾਨਾਂ ਦੇ ਲਈ ਕਿਤੇ ਨਾ ਕਿਤੇ ਸਰਕਾਰਾਂ ਦੇ ਹਿਸਾਬ ਦੇ ਨਾਲ ਸਿਰਦਰਦੀ ਬਣਦੀ ਹੈ। ਦਿੱਲੀ ਦੇ ਵਿੱਚ ਕਿਹਾ ਜਾਂਦਾ ਕਿ ਪ੍ਰਦੂਸ਼ਣ ਜਿਹੜਾ ਇਸੇ ਪਰਾਲੀ ਦੇ ਨਾਲ ਉੱਥੋਂ ਤੱਕ ਪਹੁੰਚਦਾ, ਤਾਂ ਹੁਣ ਇਹ ਕਿਸਾਨ ਉਹੀ ਪਰਾਲੀ ਜਿਹੜੀ ਇਹਨਾਂ ਦੇ ਖੇਤਾਂ ਦੇ ਵਿੱਚੋਂ ਲਿਆ ਕੇ ਇੱਥੇ ਸਟਾਕ ਕੀਤੀ ਗਈ ਸੀ, ਤਾਂ ਬਿਲਕੁਲ ਬਾਰਡਰ ਦੇ ਕੁਝ ਮੀਟਰ ਦੀ ਦੂਰੀ ਤੇ ਇਹ ਇੱਕ ਵੱਡਾ ਅਸੀਂ ਕਹਿ ਸਕਦੇ ਕਿ ਗਡਾਊਨ ਹੈ, ਔਰ ਉੱਥੋਂ ਸਾਰੀਆਂ ਜਿਹੜੀਆਂ ਪਰਾਲੀ ਦੀਆਂ ਗੱਠਾਂ ਲਿਆ ਕੇ ਹੁਣ ਉਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ। ਔਰ ਮਕਸਦ ਇੱਕੋ ਇੱਕ ਹੈ ਕਿ ਜਿਹੜਾ ਧੂੰਆਂ ਹੈ ਉਹ ਹਰਿਆਣਾ ਵਾਲੇ ਪਾਸੇ ਜਾਵੇ, ਯਾਨੀ ਕਿ ਉੱਥੇ ਜਿਹੜੀ ਪੁਲਿਸ ਹੈ ਜਾਂ ਪੈਰਾਮਿਲਟਰੀ ਫੋਰਸ ਹੈ ਉਸ ਪਾਸੇ ਜਾਵੇ ਔਰ ਉਹਨਾਂ ਨੂੰ ਦੇਖਣ ਦੇ ਵਿੱਚ ਦਿੱਕਤ ਹੋਵੇ, ਔਰ ਉਸੇ ਦੀ ਆੜ ਦੇ ਵਿੱਚ ਇਹ ਨੌਜਵਾਨ ਜਿਹੜੇ ਨੇ ਉਹ ਪੰਜਾਬ ਹਰਿਆਣਾ ਦੀ ਜਿਹੜੀ ਸਰਹੱਦ ਹੈ ਉਸ ਨੂੰ ਕਿਤੇ ਨਾ ਕਿਤੇ ਟੱਪਣ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਲਗਾਤਾਰ ਟੀਅਰ ਗੈਸ ਦੇ ਜਿਹੜੇ ਸ਼ੈੱਲ ਨੇ ਉਹ ਵੀ ਹਰਿਆਣੇ ਵਾਲੇ ਪਾਸਿਓਂ ਦਾਗੇ ਜਾ ਰਹੇ ਨੇ, ਪਰ ਉਸ ਦੇ ਬਾਵਜੂਦ ਨੌਜਵਾਨ ਤੁਸੀਂ ਦੇਖੋ ਕਿ ਪੂਰੀ ਅਸੀਂ ਕਹਿ ਸਕਦੇ ਹਾਂ ਕਿ ਦਲੇਰੀ ਦੇ ਨਾਲ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਹੀ ਜਿਹੜਾ ਨੌਜਵਾਨਾਂ ਦੇ ਵਿੱਚ ਜੋਸ਼ ਨਜ਼ਰ ਆ ਰਿਹਾ, ਤਾਂ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਕਿਸਾਨ ਆਗੂਆਂ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਹੁਣ ਤੱਕ ਜਿਹੜੇ ਨੌਜਵਾਨ ਪਹਿਲਾਂ ਅੱਗੇ ਵਧੇ ਸੀ ਉਹਨਾਂ ਦੇ ਵਿੱਚੋਂ ਕੋਈ ਜ਼ਖਮੀ ਜਾਂ ਕੋਈ ਗੰਭੀਰ ਜ਼ਖਮੀ ਕੋਈ ਉਸ ਬਾਰੇ ਜਾਣਕਾਰੀ ਮਿਲੀ? ਤਾਂ ਬਿਲਕੁਲ ਰਾਜੀਵ, ਜਦੋਂ ਲਗਾਤਾਰ ਹਰਿਆਣਾ ਪੁਲਿਸ ਦੇ ਵੱਲੋਂ ਹਮਲਾ ਕੀਤਾ ਜਾਂਦਾ ਕਿਤੇ ਨਾ ਕਿਤੇ ਮਾਹੌਲ ਤਣਾਅਪੂਰਵਕ ਬਣਦਾ, ਤਾਂ ਉੱਥੇ ਜ਼ਖਮੀ ਤਾਂ ਲਾਜ਼ਮੀ ਜਿਹੜੇ ਹੈਗੇ ਨੇ ਕਿਸਾਨ ਨੌਜਵਾਨ ਹੁੰਦੇ ਨੇ। ਜੋ ਹੁਣ ਤੱਕ ਸਾਡੇ ਕੋਲ ਪ੍ਰਸ਼ਾਸਨਿਕ ਜਾਣਕਾਰੀ ਮਿਲੀ ਆ, ਤਕਰੀਬਨ 10 ਤੋਂ ਲੈ ਕੇ 12 ਜਿਹੜੇ ਕਿਸਾਨ ਨੌਜਵਾਨ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਪਾਤੜਾਂ ਖਨੌਰੀ ਦੇ ਹੋਸਪਿਟਲ ਦੇ ਵਿੱਚ ਇਲਾਜ ਹੋ ਰਿਹਾ, ਤਾਂ ਦੂਜੇ ਪਾਸੇ 20 ਤੋਂ ਲੈ ਕੇ 25 ਜਿਹੜੇ ਹੋਰ ਕਿਸਾਨ ਹੈਗੇ ਨੇ ਜਿਨ੍ਹਾਂ ਦੇ ਹਲਕੀਆਂ ਫੁਲਕੀਆਂ ਚੋਟਾਂ ਲੱਗੀਆਂ ਨੇ। ਤਸਵੀਰ ਕਹੂੰਗਾ ਕਿ ਇੱਕ ਵਾਰ ਟੀਅਰ ਗੈਸ ਦੇ ਜਿਹੜੇ ਛੈਲ ਨੇ ਉਹਨਾਂ ਨੂੰ ਦਾਗੇ ਜਾਣ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਜਿਹੜਾ ਉਹ ਨਜ਼ਰ ਆ ਰਿਹਾ। ਤੁਸੀਂ ਦੇਖੋ ਕਿ ਹੁਣ ਖੇਤਾਂ ਵਾਲੇ ਪਾਸੇ ਜਿਹੜੇ ਟੀਅਰ ਗੈਸ ਦੇ ਛੈਲ ਨੇ ਉਹ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ, ਕਿਉਂਕਿ ਕਿਸਾਨ ਜਿਹੜੇ ਨੇ ਤਾਂ ਬਿਲਕੁਲ ਸਾਹਮਣੇ ਖੇਤਾਂ ਦੇ ਪਰਲੇ ਪਾਸੇ, ਜੇਕਰ ਮੈਂ ਕੈਮਰੇ ਦੀ ਨਜ਼ਰ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਖੇਤਾਂ ਦੇ ਦੂਸਰੇ ਪਾਸੇ ਪੈਰਾਮਿਲਟਰੀ ਫੋਰਸ ਔਰ ਹਰਿਆਣਾ ਪੁਲਿਸ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਤਾਂ ਕਿਤੇ ਨਾ ਕਿਤੇ ਇਹਨਾਂ ਨੌਜਵਾਨਾਂ ਨੂੰ ਹੁਣ ਤੁਸੀਂ ਦੇਖ ਸਕਦੇ ਹੋ ਕਿ ਲਾਠੀਚਾਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਪੁਲਿਸ ਵੱਲੋਂ, ਤਾਂ ਇਹਨਾਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਇਹ ਹਰਿਆਣੇ ਦੇ ਵਿੱਚ ਦਾਖਲ ਨਾ ਹੋ ਸਕਣ। ਤਾਂ ਤੁਸੀਂ ਦੇਖੋ ਕਿ ਪੈਰਾਮਿਲਟਰੀ ਫੋਰਸ ਜਿਹੜੀ ਹੈ ਰੈਪਿਡ ਐਕਸ਼ਨ ਫੋਰਸ ਵੱਲੋਂ ਇਹਨਾਂ ਨੌਜਵਾਨਾਂ ਨੂੰ ਹੁਣ ਪੰਜਾਬ ਵਾਲੇ ਪਾਸੇ ਖਦੇੜਿਆ ਜਾ ਰਿਹਾ। ਟੀਅਰ ਗੈਸ ਦੇ ਛੈਲ ਤੁਸੀਂ ਦੇਖ ਸਕਦੇ ਹੋ, ਵੱਖ ਵੱਖ ਥਾਵਾਂ ਤੇ ਟੀਅਰ ਗੈਸ ਦੇ ਜਿਹੜੇ ਛੈਲ ਨੇ ਉਹ ਦਾਗੇ ਜਾ ਰਹੇ ਨੇ, ਔਰ ਸਾਹਮਣੇ ਤੁਸੀਂ ਦੇਖੋ ਕਿ ਖੇਤਾਂ ਦੇ ਵਿੱਚ ਜੋ ਹਰਿਆਣੇ ਵਾਲੇ ਪਾਸੇ ਦੀ ਉਹ ਤਸਵੀਰ ਹੈ। ਹਾਲਾਂਕਿ ਹਰਿਆਣੇ ਵਾਲੇ ਪਾਸੇ ਜਿਹੜੀ ਫੋਰਸ ਤੈਨਾਤ ਹੈ ਉਹ ਪੰਜਾਬ ਵਾਲੇ ਪਾਸੇ ਫਿਲਹਾਲ ਨਜ਼ਰ ਆਉਂਦੀ ਹੋਈ ਨਜ਼ਰ ਨਹੀਂ ਆ ਰਹੀ, ਪਰ ਜਿਹੜੇ ਨੌਜਵਾਨ ਉਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ, ਤਾਂ ਹੁਣ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਫੋਰਸ। ਤਾਂ ਅਸੀਂ ਹੋਰ ਅੱਗੇ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਪਾਸੇ ਤੁਸੀਂ ਦੇਖੋ ਕਿ ਜਿਹੜੇ ਟੀਅਰ ਗੈਸ ਦੇ ਛੈਲ ਨੇ ਜਦੋਂ ਉਹ ਇਹ ਜਿਹੜੀ ਕਿਸਾਨਾਂ ਵੱਲੋਂ ਅੱਗ ਲਗਾਈ ਗਈ ਹੈ ਜਦੋਂ ਉਸ ਦੇ ਵਿੱਚ ਡਿੱਗਦੇ ਨੇ ਤਾਂ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ, ਔਰ ਦੂਜੇ ਪਾਸੇ ਪੁਲਿਸ ਤੁਸੀਂ ਦੇਖੋ ਕਿ ਹੁਣ ਇਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਔਰ ਹਰਿਆਣਾ ਪੁਲਿਸ ਜਿਹੜੀ ਹਰਿਆਣੇ ਦੇ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਸੀ, ਤਾਂ ਨਾਲ ਦੀ ਨਾਲ ਤੁਸੀਂ ਦੇਖੋ ਕਿ ਇਸ ਪਾਸੇ ਜਿਹੜੇ ਧੂੰਏ ਦੇ ਗੁਬਾਰ ਨਜ਼ਰ ਆ ਰਹੇ ਨੇ, ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਫੋਰਸ ਜਿਹੜੀ ਆ ਉਹ ਹੁਣ ਖੇਤਾਂ ਦੇ ਵਿੱਚ ਪਹੁੰਚ ਚੁੱਕੀ ਹੈ। ਹੱਥਾਂ ਦੇ ਵਿੱਚ ਲਾਠੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਦੇ, ਤਾਂ ਜਿੱਥੇ ਇੱਕ ਪਾਸੇ ਟੀਅਰ ਗੈਸ ਦੇ ਛੈੱਲ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ, ਉੱਥੇ ਹੀ ਦੂਜੇ ਪਾਸੇ ਖੇਤਾਂ ਦੇ ਵਿੱਚ ਪੰਜਾਬ
ਦੇ ਜਿਹੜੇ ਨੌਜਵਾਨ ਔਰ ਹਰਿਆਣੇ ਵਾਲੇ ਪਾਸਿਓਂ ਜਿਹੜੀ ਪੁਲਿਸ ਔਰ ਪੈਰਾਮਿਲਟਰੀ ਫੋਰਸ ਜਿਹੜੀ ਹੈ ਉਹ ਆਮੋ ਸਾਹਮਣੇ ਨਜ਼ਰ ਆ ਰਹੀ ਹੈ। ਇੱਕ ਪਾਸੇ ਜਿੱਥੇ ਪੱਥਰਬਾਜ਼ੀ ਕੀਤੀ ਜਾ ਰਹੀ ਉੱਥੇ ਹੀ ਡਾਂਗਾਂ ਤੁਸੀਂ ਦੇਖ ਸਕਦੇ ਹੋ, ਤਾਂ ਹੁਣ ਇੱਕ ਵਾਰ ਫਿਰ ਤੋਂ ਟੀਅਰ ਗੈਸ ਦੇ ਜਿਹੜੇ ਸ਼ੈੱਲ ਨੇ ਉਹ ਜਿਹੜੇ ਆ ਉਹ ਛੱਡੇ ਜਾ ਰਹੇ ਨੇ ਔਰ ਜ਼ਬਰਦਸਤ ਇੱਕ ਹੰਗਾਮਾ ਅਸੀਂ ਕਹਿ ਸਕਦੇ, ਇੱਕ ਤਣਾਅ ਦਾ ਮਾਹੌਲ ਇਸ ਵੇਲੇ ਜਿਹੜਾ ਖਨੌਰੀ ਬਾਰਡਰ ਦੇ ਕੋਲ ਖੇਤ ਨੇ ਉਹਨਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਇੱਕ ਦੂਜੇ ਦੇ ਉੱਤੇ ਪੱਥਰ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ, ਹੁਣ ਨੌਜਵਾਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਪੁਲਿਸ ਔਰ ਪੈਰਾਮਿਲਟਰੀ ਫੋਰਸ। ਤਾਂ ਤੁਸੀਂ ਦੇਖੋ ਕਿ ਕਾਫੀ